ਲੋ ਵੀ ਮਿੱਤਰੋ ਆਪਣੇ ਘਰਾਂ ਦੀ ਆਪਣੀ ਇਨਹੈਰੀਟੈਂਸ ਦੀ ਤੇ ਆਪਣੇ ਪੈਸੇ ਦੀ ਚੌਂਕੀਦਾਰੀ ਕਰ ਲਓ ਕਿਸ ਤਰ੍ਹਾਂ ਹੁੰਦੀ ਏ ਚੌਂਕੀਦਾਰੀ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦੇ ਕੇ ਦਿਨਾਂ ਦੱਸ ਤੇ ਤੁਸੀਂ ਇਸ ਦਾ ਲਿਓ ਪੂਰਾ ਰਸ ਉਹ ਕੀ ਏ ਦੀਰੂ ਬਹੀ ਅੰਬਾਨੀ ਨੇ ਰਿਲਾਇੰਸ ਇੰਡਸਟਰੀ ਸ਼ੁਰੂ ਕੀਤੀ ਜਿਹੜੀ ਆਰ ਆਈ ਐਲ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਰਿਲਾਇੰਸ ਗਰੁੱਪ ਇੱਕ ਬੜਾ ਵੱਡਾ ਗਰੁੱਪ ਪੈਦਾ ਹੋ ਗਿਆ ਇਹ ਜੇ ਇੱਕ ਜਿਆਦਾ ਨਾ ਪੜਿਆ ਲਿਖਿਆ ਸੱਜਣ ਇੱਥੋਂ ਤੱਕ ਪਹੁੰਚ ਸਕਦਾ ਹੈ ਤੇ ਤੁਸੀਂ ਇਹ ਗੱਲ ਦਿਮਾਗੇ ਚੋਂ ਕੱਢ ਦਿਓ ਕਿ ਤੁਸੀਂ ਜਿਆਦਾ ਪੜੇ ਲਿਖੇ ਨਹੀਂ ਪਹਿਲੀ ਗੱਲ ਤੇ ਦੂਜੀ ਚੀਜ਼ ਇਹ ਹੈ ਜਦੋਂ ਤੁਹਾਡੇ ਕੋਲ ਪੈਸੇ ਹੋਣ ਤੇ ਤੁਸੀਂ ਪੜ੍ਹੇ ਲਿਖਿਆ ਦੀ ਟੀਮ ਖੜੀ ਕਰ ਸਕਦੇ ਹੋ ਜਿਹੜੀ ਤੁਹਾਡੇ ਲਈ ਪੈਸਾ ਕਮਾ ਸਕਦੀ ਏ ਜੇ ਮੇਰੀ ਗੱਲ ਗਲਤ ਹੈ ਤੇ ਗਲਤ ਕਿਉਂ ਠੀਕ ਹੈ ਤੇ ਠੀਕ ਕਿਉਂ ਫੀਡਬੈਕ ਜ਼ਰੂਰ ਦਿਓ ਹੁਣ ਤੁਸੀਂ ਦੇਖੋ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਕਰ ਦੇਣਾ ਇਸ ਕਰਕੇ ਇੱਕ ਰੱਖਸਾਂ ਤੁਹਾਡਾ ਖਿਆਲ ਆਪਣੇ ਦੇਸ਼ ਦਾ ਖਿਆਲ ਦੇਸ਼ ਵਾਸੀਆਂ ਦਾ ਖਿਆਲ ਇਸ ਵਜ੍ਹਾ ਕਰਕੇ ਕਿ ਤੁਸੀਂ ਵਿਦੇਸ਼ਾਂ ਦੀਆਂ ਉਹ ਡਾਰੀਆਂ ਮਾਰਨ ਦੀ ਬਜਾਏ ਕੀਮਤੀ ਗੱਡੀਆਂ ਵਿੱਚ ਬੈਠਣ ਦੀ ਬਜਾਏ ਆਪਣੇ ਕੀਮਤੀ ਸਮੇਂ ਦੀ ਸੰਭਾਲ ਰੱਖੋ ਤੇ ਦੇਖੋ ਕਿਵੇਂ ਕਮਾਉਂਦੇ ਹੋ ਪੈਸਾ ਹੁਣੇ-ਹੁਣੇ ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦੋ ਸੱਕੇ ਭਰਾ ਨੇ ਦੋਨਾਂ ਦੇ ਵਿੱਚ ਕੋਈ ਦਿਨ ਪਹਿਲੇ ਬਟਵਾਰਾ ਹੋਇਆ ਸੀ ਹੁਣ ਦੇਖੋ ਅਨਿਲ ਅੰਬਾਨੀ ਬੜਾ ਪਛੜ ਗਿਆ ਤੇ ਜਿਹੜਾ ਦੂਜਾ ਭਰਾ ਏ ਅੰਬਾਨੀ ਉਹ ਕਿੱਥੇ ਤੱਕ ਪਹੁੰਚ ਗਿਆ ਬੱਚੇ ਦੋਨੋਂ ਇੱਕੋ ਬਾਪਦੇ ਨੇ ਧੀਰੂભાઈ ਅੰਬਾਨੀ ਦੇ ਤੇ ਜੇ ਰਿਲਾਇੰਸ ਇੰਡਸਟਰੀਜ਼ ਜੇ ਡੀ ਅੰਬਾਨੀ ਸਾਹਿਬ ਦੇ ਹਿੱਸੇ ਆਈਏ ਵੱਡੇ ਭਰਾ ਦੇ ਹਿੱਸੇ ਆਈਏ ਉਹਨਾਂ ਨੇ ਆਪਣੇ ਬੱਚੇ ਦੇ ਉੱਤੇ ਕਰੋੜਾਂ ਦੀ ਕਮਾਈ ਕਿਵੇਂ ਉਡਾਈਏ ਇਹ ਸਾਂਝ ਪਾ ਰਹੇ ਹਾਂ ਅੱਜ ਤੁਹਾਡੇ ਨਾਲ ਹੁਣੇ ਕੋਈ ਥੇਰ ਪਹਿਲਾਂ ਉਹਨਾਂ ਨੇ 5-6 ਸਾਲ ਪਹਿਲਾਂ Jio 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 ਦਾ SIM ਫ੍ਰੀ ਇੱਚ ਦਿੱਤਾ ਲੋਕਾਂ ਨੂੰ ਤੇ 2-3 ਸਾਲ ਤੱਕ ਉਹਨਾਂ ਨੇ ਕਿਸੇ ਤੋਂ ਕੋਈ ਕਮਾਈ ਨਹੀਂ ਕੀਤੀ ਤੇ ਆਪਣਾ ਇੱਕ ਬੇਸ ਬਣਾਇਆ ਜਿੱਤੇ ਇੱਚ Airtel ਨੂੰ ਜਿੱਤੇ ਇੱਚ ਹੋਰ ਸਪਾਈਸ ਸੀ ਜਿਹਦੇ ਵਿੱਚ ਹੋਰ ਬੋਧਾ ਫੌਂਸੀ ਜਿਹਦੇ ਵਿੱਚ ਆਈਡੀਆ ਸੀ ਉਹਨਾਂ ਸਾਰਿਆਂ ਨੂੰ ਢਾ ਲਾਈ ਤੇ ਇਸ ਕਮਾਈ ਨੂੰ ਡਿਊਰਿੰਗ ਅ ਪ੍ਰੈਜ਼ੈਂਟ ਗਵਰਨਮੈਂਟ ਇਹ ਕੰਮ ਹੋਇਆ ਤੇ ਕਿਸੇ ਨੇ ਨਹੀਂ ਪੁੱਛਿਆ ਚੌਂਕੀਦਰੀ ਹੋ ਗਈ ਕਿੱਦੀ ਹੋ ਗਈ ਇਹ ਤੁਤੀ ਅੰਦਾਜ਼ਾ ਲਾ ਲਓ ਤੇ ਹੁਣ ਉਹਨਾਂ ਨੇ ਇੱਕ Jio ਜਿਹੜੀ ਹੈ ਉਹਦੇ ਸ਼ੇਅਰ ਕੱਢੇ ਜਿਹੜੇ Reliance Industries ਦੇ ਸ਼ੇਅਰ ਹੋਲਡਰ ਸੀ ਜਾਂ ਦੂਸਰੇ ਸ਼ੇਅਰ ਹੋਲਡਰ ਸੀ ਮੁਕੇਸ਼ ਅੰਬਾਨੀ ਦੇ ਕੰਪਨੀਆਂ ਦੇ ਉਹਨਾਂ ਨੂੰ ਦਿੱਤੇ 100 Reliance ਸ਼ੇਅਰ ਦੇ ਵਟੇ 100 ਜਿਹੜੇ ਨੇ Jio ਦੇ ਸ਼ੇਅਰ ਉਹ ਦਿੱਤੇ ਗਏ ਉਹਨਾਂ ਨੂੰ ਦੇਖੋ ਇਹ ਦੇਖ ਕਿੰਨੀ ਵੱਡੀ ਕਪਲੇਬਾਜੀ ਹੋਈ ਹੈ ਜੋ ਮੈਂ ਤੁਹਾਨੂੰ ਇਦਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੇ ਮੈਂ ਗਲਤ ਹੋਵਾਂ ਜ਼ਰੂਰ ਦੱਸਣਾ ਕਰੈਕਟ ਕਰਨਾ ਕਰੈਕਟ ਕਰਨ ਲਈ ਤੁਹਾਡਾ ਧੰਨਵਾਦ ਹਾਂ ਉਹ ਕਪਲੇਬਾਜੀ ਕੀ ਹੋਈ ਹੈ ਰਿਲਾਈਐਂਸ ਇੰਡਸਟਰੀਜ਼ ਦਾ ਸ਼ੇਅਰ ਜਿਹੜਾ ਸੀ 323300 ਰੁਪਏ ਤੇ ਸੀ ਜਿਹੜਾ ਅੱਜ ਹੁਣ ਤੱਕ ਮੰਦਾ ਹੋ ਕੇ 28 ਉਹ 2900 ਦੇ ਗੇੜੀ ਤੇ ਰੁਕਿਆ ਇਹ ਜਿਹੜਾ 450 ਦਾ ਡਿਫਰੈਂਸ ਹੈ ਇਹ ਕਿਵੇਂ ਉਹਨਾਂ ਨੇ ਕੱਢਿਆ ਤੇ ਕਿੱਥੇ ਕੱਢਿਆ ਹੈ ਇਤੇ ਉੱਤੇ ਈਡੀ ਨੇ ਨਹੀਂ ਜਾਣਾ ਕਿਉਂਕਿ ਉਹਨਾਂ ਨੇ ਜਿਹੜੇ ਐ ਇਲੈਕਟਰਲ ਬੌਂਡ ਉਹਨਾਂ ਵਿੱਚ ਜੋਕ ਕੀਤਾ ਸਹਿਯੋਗ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਚੋਰ ਮੋਰੀ ਰਹੀ ਚੌਂਕੀਦਾਰ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਸਰਵਜਨਕ ਆਨਵਲੇ ਦਿਨਾਂ ਵਿੱਚ ਹੋਏਗਾ ਲੇਕਿਨ ਇੱਕ ਗੱਲ ਜ਼ਰੂਰ ਹੈ ਜਿਹੜੀ ਸਾਫ਼ ਤੇ ਸਪਸ਼ਟ ਤੌਰ ਤੇ ਉਹਨਾਂ ਨੇ ਮੋਟੀ ਮਲਾਈ ਖਾਈ ਹੈ reliance industries ਦਾ ਇਹ ਟ੍ਰੈਕ ਰਿਕਾਰਡ ਰਿਹਾ ਕਿ ਇੱਕ ਦੇ ਬਦਲੇ ਇੱਕ ਸ਼ੇਅਰ ઓਰਲੈਂਸ ਇੰਡਸਟਰੀ ਜਿਹੜੀ ਆਪਣੇ ਸ਼ੇਅਰਹੋਲਡਰਸ ਨੂੰ ਦਿੰਦੀ ਹੈ ਬਤੌਰ ਬੋਨਸ ਕਮਾਈ ਕਰਦੀ ਹੈ ਪੈਸੇ ਕਮਾਉਂਦੀ ਹੈ ਤੇ ਇਦਾਂ ਹੀ ਦਿੰਦੀ ਹੈ ਨਾ ਇਸੇ ਦੀ ਦਿੰਦੀ ਆ ਹੁਣ ਤੁਸੀਂ ਇਹ ਦੇਖੋ ਉਹਨਾਂ ਨੇ ਇਸ ਵਾਰੀ 100 reliance industries ਦਾ ਜਿਹੜਾ ਸ਼ੇਅਰਹੋਲਡਰ ਸੀ ਉਹਨੂੰ 100 reliance industries ਦੇ ਸ਼ੇਅਰ ਦੇਣ ਦੀ بجائے ਸੋ Jio ਦੇ ਸ਼ੇਅਰ ਦੇ ਦਿੱਤੇ ਨੇ ਤੇ Reliance Industries ਦਾ ਜਿਹੜਾ ਸ਼ੇਅਰ ਹੈ ਇਸ ਵੇਲੇ 2820 ਹੋਏ ਜਾਂ ਉਸ ਤੋਂ ਥੋੜਾ ਬਹੁਤਾ ਉੱਤੇ ਥੱਲੇ ਹੋਏਗਾ ਇੱਕ ਸ਼ੇਅਰ ਤੇ ਜਿਹੜਾ ਉਹਨਾਂ ਨੇ ਤੁਹਾਨੂੰ Jio ਦਾ ਸ਼ੇਅਰ ਦਿੱਤਾ ਉਹ 283 84 ਰੁਪਏ ਦਾ ਇੱਕ ਸ਼ੇਅਰ ਜਿਹਦੇ ਕੋਲ 100 ਸ਼ੇਅਰ ਨੇ ਉਹਨੂੰ 2 ਲੱਖ 87000 ਰੁਪਏ ਉਹਦੇ ਕੋਲ ਪਿਆ ਹੈ ਇਸ ਵੇਲੇ ਸ਼ੇਅਰਾਂ ਦੀ ਕੀਮਤ ਤੇ ਉਸ ਦਾ 10% ਦਿੱਤਾ ਤੁਹਾਨੂੰ ਦਿੱਤਾ ਉਹਨਾਂ ਨੇ Jio ਦੇ ਸ਼ੇਅਰ ਵਿੱਚ 283 ਰੁਪਏ ਦੇ ਹਿਸਾਬ ਨਾਲ ਲਏ 100 ਸ਼ੇਅਰ ਹੋ ਗਏ ਤੇ ਕਿੰਨੇ ਦੇ ਹੋ ਗਏ 28000 29000 ਦੇ ਵਿੱਚ ਹੋ ਗਏ 10% 90% ਦੀ ਸਿੱਧੀ ਤੁਹਾਨੂੰ ਪ੍ਰੋਫਿਟੇਬਿਲਟੀ ਦੇ ਵਿੱਚ ਜੋ ਤੁਹਾਡਾ ਹਿੱਸਾ ਬੰਦਾ ਸੀ ਉਹ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਤੇ ਉਸ ਕਮਾਈ ਦੇ ਵਿੱਚੋਂ ਉਹਨਾਂ ਨੇ ਮੈਂ ਆਪਣੇ ਬੇਟੇ ਲਈ 1000 ਕਰੋੜ ਰੁਪਏ ਖਰਚ ਕਰਦੇ ਨੂੰ ਉਹ ਵੀ ਥੋੜਾ ਤੇ ਫਿਰ ਤੁਸੀਂ ਬਗਲਾਂ ਕਾ ਦੀਆਂ ਵਜਾਂਦੇ ਹੋ ਚਾਹਨੇ ਤੁਸੀਂ ਹੋਏ ਕਿ ਉਹ ਆ ਜਿਨ ਨੇ ਇਸ ਤਰ੍ਹਾਂ ਕਮਾਈ ਖਾਈ ਤੁਹਾਨੂੰ ਤਿੰਨ ਤਰੀਕਿਆਂ ਨਾਲ ਉਹਨਾਂ ਦਾ ਜਿਹੜੀ ਮੈਨੂੰ ਸਮਝ ਆਈ ਏ ਗੱਲ ਸਾਂਝੀ ਕਰ ਦਿੱਤੀ ਏ ਅਨਿਲਮਬਾਨੀ ਦੀ ਤੇ ਮੁਕੇਸ਼ ਸੰਬਾਨੀ ਦੀ ਗੱਲ ਮੁਕੇਸ਼ ਸੰਬਾਨੀ ਨੇ ਸੁਜਵੰਤ ਦਾ ਪੱਲਾ ਪਕੜ ਕੇ ਰੱਖਿਆ ਤੇ ਅਨਿਲੰਭਾਨੀ ਜੀ ਨੇ ਉਹਦੇ ਵੱਲ ਤਵੱਜੋ ਨਹੀਂ ਦਿੱਤੀ ਇਸ ਲਈ ਉਹ ਪਛੜ ਗਏ ਤੇ ਜਿਵੇਂ ਅੱਜ ਸਾਡਾ ਪੰਜਾਬ ਦਾ ਯੂਥ ਪਛੜਿਆ ਫਿਰਦਾ ਹੈ ਤੇ ਉਹ ਵਿਦੇਸ਼ਾਂ ਦੀਆਂ ਉਡਾਰੀਆਂ ਲਾਂਦਾ ਤੇ ਕਹਿੰਦਾ ਉੱਥੇ ਪੈਸਾ ਬੜਾ ਤੇ ਪੈਸਾ ਤੇ ਇੱਥੇ ਹੀ ਬੜਾ ਆ ਜਿਵੇਂ ਮੁਕੇਸ਼ ਸੰਭਾਨੀ ਜੀ ਨੇ ਕਮਾਇਆ ਜੇ ਮੇਰੀ ਗੱਲ ਸਹੀ ਹੈ ਤੇ ਸਹੀ ਕਹੇ ਉਹ ਜੇ ਗਲਤ ਹੈ ਤੇ ਗਲਤ ਕਹੇ ਤੇ ਫਿਰ ਬੇਟੇ ਦੀ ਕਮਾਈ ਦੇ ਉੱਤੇ 900 ਕਰੋੜ ਰੁਪਏ ਖਰਚ ਆ ਗਿਆ ਕਿਸੇ ਨੇ ਨਹੀਂ ਪੁੱਛਣਾ ਕਿਸੇ ਈਡੀ ਨੇ ਨਹੀਂ ਜਾਣਾ ਕਿਸੇ ਕਿਸੇ ਨੇ ਨਹੀਂ ਜਾਣਨਾ ਕਿ ਇਹ ਜਿਹੜਾ ਈਡੀ ਆਈਟੀ ਸੀਬੀਆਈ ਐਨਆਈਏ ਯੂਪੀਏ ਜੇ ਇਹ ਇਸ ਸਰਕਾਰ ਦੀਆਂ ਨੀਤੀਆਂ ਤੋਂ ਵਿਪੱਖਸ਼ ਵੱਲ ਹਮਲਾ ਕਰਨ ਤੋਂ ਧਿਆਨ ਚੁੱਕੇਗਾ ਤੇ ਇਧਰ ਜਾਏਗਾ ਤੇ ਫਿਰ ਸਾਰੇ ਇਹ ਕਹਿੰਦੇ ਨੇ ਇਹ ਜਿਹੜੇ ਉਦਯੋਗਪਤੀ ਦੋਸਤ ਨੇ ਇਹ ਚੌਂਕੀਦਾਰ ਦੇ ਦੋਸਤ ਨੇ ਤੇ ਇਹ ਗੱਲ ਸਹੀ ਏ ਜਾਂ ਨਹੀਂ ਤੁਸੀਂ ਆਪਣਾ ਫੀਡਬੈਕ ਜ਼ਰੂਰ ਦਿਓ ਤੇ ਮੈਨੂੰ ਕਰੈਕਟ ਜ਼ਰੂਰ ਕਰਾਓ ਬਿਨਾ ਕਿਤੇ ਭੇਦ ਭਾਵ ਦੇ ਬਿਨਾ ਕਿਤੇ ਸੋਚ ਦੇ ਕਿ ਨਾ ਕਹੂੰ ਉਸੇ ਦੋਸਤੀ ਨਾ ਕਹੂੰ ਉਸੇ ਬੈਰ ਇਸ ਪ੍ਰਿੰਸੀਪਲ ਨੂੰ ਰੱਖ ਕੇ ਸਾਹਮਣੇ ਮੈਂ ਮੰਗਾਂ ਸਭ ਦੀ ਖੈਰ ਗੱਲਾਂ ਇਨੀਆਂ ਕੁ ਦੇ ਨਾਲ ਕਰਦਾ ਹਾਂ ਸੱਸੀ ਕਹੇ ਐਡਵੋਕੇਟ ਜਗਮਉਂ ਸਿੰਘ ਪੱਟੀ YouTube ਦੀ ਚੈਨਲ ਦੀ ਇਸ ਭੇਟ ਨੂੰ ਕਿਵੇਂ ਬਣੀਏ ਅਮੀਰ ਸਾਫ਼ ਸਪਸ਼ਟ ਤੇ ਸੁਥਰੇ ਤੌਰ ਤੇ ਕੋਈ ਠੱਗੀ ਨਹੀਂ ਕੋਈ ਪਾਪ ਨਹੀਂ ਕੋਈ ਕੁਝ ਨਹੀਂ ਤੇ ਸਿਰਫ ਇੱਕ ਫੇਰ ਫੇਰ ਦੇ ਵਿੱਚੋਂ ਚੌਂਕੀਦਰੀ ਦੇ ਵਿੱਚ ਕਿਹੜੀ ਚੌਂਕੀ ਮਾਰ ਗਏ ਅਸੀਂ ਜਾਂ ਚੌਕਾ ਮਾਰ ਗਏ ਅਸੀਂ ਇਹ ਤੁਸੀਂ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਮੇਰੇ ਚੈਨਲ ਨੂੰ ਤੇ ਗੱਲਾਂ ਇਨੀਆਂ ਕੋ ਨਾਲ ਜਿਹੜੇ ਸੱਜਣ ਹੋਰ ਮੇਰੇ ਚੈਨਲ ਦੇ ਉੱਤੇ ਆ ਕੇ ਇਹ ਗੱਲਾਂ ਇਹ ਵਿਚਾਰ ਇਹ ਵਿਟਾਂਦਰੇ ਆਪਣੇ ਦੇਸ਼ ਨੂੰ ਕਿਵੇਂ ਅਮੀਰ ਬਣਾਈਏ ਆਪਣੇ ਦੇਸ਼ ਦੇ ਯੂਥ ਨੂੰ ਕਿਵੇਂ ਅਮੀਰ ਬਣਾਈਏ ਤੇ ਡਾਕਟਰ ਰਿਤੂ ਵਰਗੀ ਜੀਐਨਯੂ ਦੀ ਜਿਹੜੀ ਪ੍ਰੋਫੈਸਰ ਹੈ ਉਹਨੂੰ ਪਕੌੜੇ ਤਲਣ ਤੋਂ ਕਿਵੇਂ ਹਟਾਈਏ ਇਹ ਗੱਲ ਕੀਤੀ ਏ ਤੁਹਾਡੇ ਨਾਲ ਤੁਹਾਡੀ ਖੁਸ਼ਹਾਲੀ ਦੀ ਪਹਿਲ ਕੀਤੀ ਏ ਜ਼ਰੂਰ ਸਮਾਂ ਇਹਨਾਂ ਪੱਲਾ ਜ਼ਰੂਰ ਫੜਨਾ ਧਿਆਨ ਆਫ ਜ਼ਰੂਰ ਕਰਨਾ ਨਾ ਘਰੋਂ ਕਾਰਗਵਾਣਾ ਨਾ ਬਾਰਹੋਂ ਪੜਵਾਖਵਾਣਾ